ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਵਿੱਚ ਡਾਕਟਰ ਸਰੂਪ ਸਿੰਘ ਲੱਗਦੀ ਲਿਖੀ ਕਿਤਾਬ ਸਿੱਖਾਂ ਦੀ ਵਿਚਿਤ੍ਰ ਕਥਾ ਨੂੰ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਸਰੂਪ ਸਿੰਘ ਅਲੱਗ ਨੇ ਸਿੱਖ ਇਤਿਹਾਸ 'ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਇਸ ਮੌਕੇ ਤੇ ਬੋਲਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਅਤੇ ਡਾਕਟਰ ਸਰੂਪ ਸਿੰਘ ਅਲੱਗ ਨੇ ਕਿਹਾ ਬੜੇ ਮਾਨ ਵਾਲੀ ਗੱਲ ਹੈ ਕਿ ਡਾਕਟਰ ਸਰੂਪ ਸਿੰਘ ਅਲੱਗ ਜਿਨ੍ਹਾਂ ਨੇ ਸਿੱਖ ਪੰਥ ਦੀ ਝੋਲੀ ਗੁਰਮਤਿ ਇਤਿਹਾਸ ਗੁਰਬਾਣੀ ਵਿਚਾਰ ਤੇ ਸਿੱਖ ਮਤ ਨਾਲ ਸੰਬੰਧਤ ਸਿੱਕੇ ਇਤਿਹਾਸ ਨਾਲ ਸੰਬੰਧਤ ਬਹੁਤ ਸਾਰੀਆਂ ਕਿਤਾਬਾਂ ਪਾਈਆਂ ਨੇ ਉਹਨਾਂ ਦੀ ਇੱਕ ਨਵੀਂ ਕਿਤਾਬ ਹੈ ਸਿੱਖਾਂ ਦੀ ਵਿਚਿਤਰ ਗਾਥਾ ਉਹਦਾ ਜਿਹੜਾ ਹੈ ਅੱਜ ਉਹਨੂੰ ਰਿਲੀਜ਼ ਕੀਤਾ ਗਿਆ ਹੈ ਬਹੁਤ ਵਧੀਆ ਕਿਤਾਬ ਸੁਣਿਆ ਹੈ ਕਿ ਬਹੁਤ ਵਧੀਆ ਕਿਤਾਬ ਹੈ ਤੇ ਕਿਉਂਕਿ ਪਹਿਲਾਂ ਜੰਨੀਆਂ ਕਿਤਾਬਾਂ ਨਹੀਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਮੈਂ ਪੜੀਆਂ ਨੇ ਉਹ ਪਹਿਲਾਂ ਵਾਲੀਆਂ ਕਿਤਾਬਾਂ ਜਿਹੜੀਆਂ ਨੇ ਉਹ ਬਹੁਤ ਵਧੀਆ ਮਗਰਮਤੀ ਸਮਝ ਦਿੰਦੀਆਂ ਹੈ ਔਰ ਸ਼ਰਦਾ ਭਾਵ ਪੈਦਾ ਕਰਦੀਆਂ ਤੇ ਅੱਜ ਉਹਨਾਂ ਦੀ ਨਵੀਂ ਕਿਤਾਬ ਜਿਹੜੀ ਹੈ ਸਿੱਖਾਂ ਦੀ ਵਿਚਿੱਤਰ ਗਾਥਾ ਜਿਹੜੀ ਹੈ ਉਹ ਰਿਲੀਜ਼ ਕੀਤੀ ਗਈ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਿ ਉਹ ਸਿੱਖ ਕੌਮ ਦੀ ਇਸੇ ਤਰ੍ਹਾਂ ਹੀ ਹੋਰ ਵੱਧ ਚੜ ਕੇ ਸੇਵਾ ਕਰਦੇ ਰਹਿਣ ਅੱਜ ਇਹਦੀ ਕਿਤਾਬ ਰਿਲੀਜ਼ ਹੋਈ ਹੈ ਜੀ ਉਹ ਆਪਣੇ ਆਪ ਵਿੱਚ ਬਹੁਤ ਵਿਚਿੱਤਰ ਮਹਾਨ ਔਰ ਯੂਨੀਕ ਕਿਸਮ ਦੀ ਕਿਤਾਬ ਹੈ ਉਸ ਦਾ ਨਾਮ ਹੈ ਸਿੱਖਾਂ ਦੀ ਵਿਚਿੱਤਰ ਗਾਥਾ ਗਾਥਾ ਹੁੰਦੇ ਜਿਹੜੇ ਘਰ-ਘਰ 'ਚ ਗਾਈ ਜਾਵੇ ਬੋਲੀ ਜਾਵੇ ਦੱਸੀ ਜਾਵੇ ਪ੍ਰੇਰਿਤ ਹੋ ਜਾਵੇ ਉਸ ਤੋਂ ਉਤਸ਼ਾਹ ਲਿਆ ਜਾਵੇ ਔਰ ਸਿੱਖਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਜਾਨ ਹੂਲ ਕੇ ਕੁਰਬਾਨੀਆਂ ਕਰਾ ਕੇ ਬੰਦ ਬੰਦ ਕਟਵਾ ਕੇ ਉਬਲਦੀਆਂ ਦੀਗਾਂ 'ਚ ਬੈਠ ਕੇ ਤਤੀਆਂ ਤਵੀਆਂ ਤੇ ਗੁਰੂ ਸਾਹਿਬਾਨ ਨੇ ਸ਼ਿਸ਼ੋਬਤ ਹੋ ਕੇ ਔਰ ਚਾਨਨੀ ਚੌਕ 'ਚ ਕੇ ਆਪਣਾ ਸੀਸ ਕਟਵਾ ਕੇ ਜੋ ਚੜ੍ਹਦੀ ਗੱਲਾ ਦਾ ਹਿੰਮਤ ਤੇ ਦਲੇਰੀ ਦਾ ਸੰਦੇਸ਼ ਹਮ ਦਿੱਤਾ ਹੈ ਇਸ ਕਿਤਾਬ ਵਿੱਚ ਅਸੀਂ ਉਸਨੂੰ ਕਿਸੇ ਨਾ ਕਿਸੇ ਟੰਗ ਨਾਲ ਲਿਖਿਆ ਰੰਗਦੇਵ ਇਹ ਕਹਿੰਦਾ ਹੈ ਕਿ ਜ਼ਫਰਨਾਮਾ ਪੜ੍ਹਨ ਦੇ ਬਾਅਦ ਮੈਂ ਮਹਿਸੂਸ ਕਰਦਾ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਛੱਡਿਆ ਕੁਝ ਨਹੀਂ ਪਰ ਉਹਦੇ 3 ਚੜਾ ਚੜ੍ਹਦੀ ਕਲਾ ਵਾਲੀ ਨਹੀਂ ਕੋਈ ਅੰਦਾਜ਼ਾ ਹੀ ਨਹੀਂ ਔਰ ਮੇਰੇ ਕੋ ਸਾਰੇ ਹਿੰਦੁਸਤਾਨ ਦਾ ਰਾਜ ਹੈ ਤੇ ਮੈਨੂੰ ਇਹ ਲੱਗਦਾ ਕਿ ਮੈਨੂੰ ਕੋ ਪਾਣੀ ਪਲਾਣ ਵਾਲਾ ਨਹੀਂ ਇਹ ਹੈਸਪਿਟ ਜਿਹੜੀ ਗੁਰੂ ਗਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਔਰ ਅਸੀਂ ਅੱਜ ਸੰਸਾਦ ਨੂੰ ਕਹਿੰਦੇ ਹਾਂ ਜੇ ਡਿਪਰੈਸ਼ਨ ਵਿੱਚੋਂ ਤੋਖੇ ਵਿੱਚੋਂ ਏਡਜ਼ ਦੀ ਬਿਮਾਰੀ ਵਿੱਚੋਂ ਗਰਕ ਹੋ ਰਹੇ ਹੋ ਤੇ ਸਿੱਖੀ ਦੇ ਅਸੂਲਾਂ ਵੱਲ ਦੇਖੋ ਸਾਦਗੀ ਵੱਲ ਦੇਖੋ ਪਿਆਰ ਵੱਲ ਦੇਖੋ ਹਿੰਮਤ ਵੱਲ ਦੇਖੋ ਮਰਬਤ ਵੱਲ ਦੇਖੋ ਆਪਣਾਤ ਵੱਲ ਦੇਖੋ ਸਭ ਕੋ ਉਮੀਦ ਹਮ ਆਪਣੀ ਨਾ ਹਮ ਸਭ ਨਾ ਕੇ ਸਾਜਨ ਦੀ ਭਾਵਨਾ ਵੱਲ ਜਾਓ ਦੁਨੀਆ ਵਿੱਚ ਸੁਖ ਸ਼ਾਂਤੀ ਜਦ ਕਿੰਨੀਆਂ ਕਿਤਾਬਾਂ ਰਿਲੀਜ਼ ਕਰਦੇ ਅਸੀਂ ਹੁਣ ਤੱਕ 109 ਡੀਲਕਸ ਕਿਤਾਬਾਂ ਇਸ ਕਿਸਮ ਦੀਆਂ ਅੰਗਰੇਜ਼ੀ ਹਿੰਦੀ ਪੰਜਾਬੀ ਬੰਗਾਲੀ ਗੁਜਰਾਤੀ ਇਟਾਲੀਅਨ ਭਾਸ਼ਾਵਾਂ ਵਿੱਚ ਛਾਪ ਕੇ ਸਾਰੇ ਸੰਸਾਰ ਵਿੱਚ ਬਿਲਕੁਲ ਮੁਫਤ ਵੰਡ ਰਹੇ ਆ ਪਿਛਲੇ 30 ਸਾਲਾਂ ਤੋਂ ਵੰਡ ਰਹੇ ਆ 50 ਲੱਖ ਕਾਪੀਆਂ ਸਾਡੇ ਕੋਲ ਸਰਟੀਫਿਕੇਟ ਚੱਕੇ ਅਸੀਂ 50 ਲੱਖ ਕਾਪੀਆਂ ਵੰਡ ਚੁੱਕੇ ਆ ਕੋਈ ਕਿਤਾਬ ਇੱਕ ਵਾਰੀ ਲਿਮਕਾ ਬੁੱਕ ਦਾਖਲ ਹੋ ਜਾਏ ਤਦ ਲੋਕ ਇਸ ਸਾਰੀ ਹਮਾਨ ਕਰਦੇ ਸਾਡੀਆਂ ਇਹ ਕਿਤਾਬਾਂ 2015 16 17 18 19 ਵਿੱਚ ਲਿੰਗਾ ਵਰਲਡ ਰਿਕਾਰਡ ਬੁੱਕ ਏਸ਼ੀਆ ਬੁੱਕ ਇਹਨਾਂ ਸਾਰੀਆਂ ਕਿਤਾਬਾਂ ਰਿਕਾਰਡ ਬੁੱਕਾਂ ਵਿੱਚ ਬੜੇ ਮਾਣ ਨਾਲ ਆਪਣਾ ਇੰਦਰਾਜ ਕਰ ਚੁੱਕੀਆਂ ਹਨ ਔਰ ਸੰਗਤ ਇਹ ਕਹੇਗਾ ਕਿ ਜਿੰਨਾ ਤੁਸੀਂ ਇਹ ਸੇਵਾ ਕੀਤੀ ਹੈ ਅਗਲੇ 200 ਸਾਲਾਂ ਵਿੱਚ ਸਿੱਖਾਂ ਦੀ ਸ਼ਾਨ ਸਵਾਈ ਰਹੇਗੀ ਹਰਮੰਦਰ ਸਾਹਿਬ ਦੀ ਸ਼ਾਨ ਸਵਾਈ ਰਹੇਗੀ ਕਿਉਂਕਿ ਹਰਮੰਦਰ ਸਾਹਿਬ ਬਾਰੇ ਜਿਹੜੀ ਕਿਤਾਬ ਅਸੀਂ ਹਰਮੰਦਰ ਦਰਸ਼ਨ ਲਿਖੀ ਹੈ ਮੈਂ ਲਿਆਂਦੀ ਤੁਸੀਂ ਉਹਨੂੰ ਪੜਨਾ ਉਹਦੇ ਅਸੀਂ ਡੀਲਕਸ ਰੂਪ ਵਿੱਚ 213 ਪੰਜਾਬੀ ਵਿੱਚ ਐਡੀਸ਼ਨ ਛਾਪੇ ਪੰਜਾ ਅੰਗਰੇਜ਼ੀ ਵਿੱਚ ਛਾਪੇ ਪੰਜ ਹਿੰਦੀ ਵਿੱਚ ਛਾਪੇ 15 ਸੀੜੀਆਂ ਬਣਾ ਕੇ ਛਾਪੀਆਂ 52 ਐਪੀਸੋਡ ਮੈਂ ਨਿਊਯਾਰਕ ਜਾ ਕੇ ਆਪ ਜਾ ਕੇ ਰਿਕਾਰਡ ਕਰਾ ਕੇ ਟੀਵੀ ਤੇ ਪ੍ਰਸਾਰਿਤ ਕੀਤੇ ਇੰਗਲੈਂਡ ਵਿੱਚ 26 ਐਪੀਸੋਡ ਕੀਤੇ ਇੱਥੇ ਭਾਈ ਗੁਰੂ ਇਕਬਾਲ ਸਿੰਘ ਨੇ 16 ਐਪੀਸੋਡ ਰਿਕਾਰਡ ਕੀਤੇ ਔਰ ਦਿਨ-ਵਿਦਿਨ ਅਸੀਂ ਹਫਤੇ 'ਚ ਦੋ ਦਫਾ ਉਹ ਕਿਤਾਬ ਇੱਥੇ ਦਰਬਾਰ ਸਾਹਿਬਾਂ 'ਕੇ ਬੰਦਦੇ ਆ ਅਸੀਂ ਇੱਥੇ ਬੰਦਦੇ ਆ ਸਾਰੀ ਦੁਨੀਆ ਚ ਅਗਲੇ ਦਿਨ ਚੱਲ ਜਾਂਦੀ ਏ ਕਿਉਂਕਿ ਇੱਥੇ ਦੁਨੀਆ ਦੇ ਹਰ ਕਿਸਮ ਦੇ ਗੁਰਸਿੱਖ ਵਾਈ ਪਾਈ ਸ਼ਰਧਾਲੂ ਪ੍ਰੇਮੀ ਇੱਥੇ ਆਉਂਦੇ ਆ ਔਰ ਅਨੰਦਪਈ ਜਿਹੜੇ ਇੱਥੇ ਆ ਕੇ ਹਰ ਗੱਲ ਦਾ ਕੌਤਕ ਦੇਖਦੇ ਨੇ ਪਾਣੀ ਫਰੀ ਸੇਵਾ ਫਰੀ ਬੈਠਣਾ ਫਰੀ ਉਠਣਾ ਫਰੀ ਇਸ਼ਨਾਨ ਫਰੀ ਦੇ ਹਾਜ਼ ਫਰੀ ਖਾਣਾ ਫਰੀ ਇੱਥੇ ਦੇ ਕਨ ਬੱਸ ਸਟੈਂਡ ਤੇ ਵੀ ਜਾਣਾ ਫਰੀ ਮੈਂ ਕਹਨੇ ਇਹ ਸੱਚਖੰਡ ਹੈ ਗੁਰੂ ਗੁਰਸਾਹਿਬਾਂ ਦੀ ਕਿਰਪਾ ਨਾਲ ਐਸਾ ਤਿਰਸਤ ਸੰਸਾਰ ਨੂੰ ਇਸ ਦੁਨੀਆ 'ਚ ਅਵੇਲੇਬਲ ਹੈ ਜਿਹੜਾ ਮਿਸਾਲ ਪੈਦਾ ਕਰ ਸਕਦਾ ਹੈ ਸਾਡੇ ਸੰਸਾਰ ਵਿੱਚ ਕਿ ਅਸੀਂ ਆਓ ਰਲ ਮਿਲ ਕੇ ਖਾਇਓ ਖਰਚੇ ਰਲ ਮਿਲ ਪਾਈ ਟੋਟ ਨਾ ਹੋਵੇ ਵੱਧ ਨਾ ਹੋ ਜਾਈ ਸਾਡੀ ਫਿਲਾਸਫੀ ਇਹ ਹੈ ਅਸੀਂ ਸੰਕਿਰਣਤਾ ਵਿੱਚ ਨਹੀਂ ਅਸੀਂ ਦੁਸ਼ਮਣੀ ਵਿੱਚ ਨਹੀਂ ਅਸੀਂ ਬੇਵਿਸ਼ਵਾਸੀ ਵਿੱਚ ਨਹੀਂ ਅਸੀਂ ਤੇ ਇਹ ਕਹਿੰਦੇ ਹਾਂ ਅਸੀਂ ਸਭ ਦੇ ਮਿੱਤਰਾਂ ਅਸ ਦੁਨੀਆ ਸਾਡੀ ਮਿੱਤਰ ਹੈ ਜੇ ਮਿੱਤਰ ਹੋਏਗੀ ਤੇ ਦੁਨੀਆ ਸੁਖ ਸ਼ਾਂਤੀ ਪਿਆਰ ਦਾ ਵਸਾਰਾ ਹੋਏਗਾ ਨਹੀਂ ਤੇ ਦੁਨੀਆ ਇਸ ਵਕਤ ਬਰੂਧ ਦੇ ਢੇਰ ਤੇ ਬੈਠੀ ਹੈ ਪਤਾ ਨਹੀਂ ਕਿ ਸਵਕਤ ਕੀ ਹੋ ਜਾਏ ਤੇ ਕੀ ਨਾ ਹੋ ਜਾਵੇ ਗੁਰੂ ਨਾਨਕ ਦੇ ਨਾਂ ਨਾਲ ਜੁੜਨ ਨਾਲ ਨਾਨਕ ਆਰ ਨਾਨਕ ਪਾਰ